ਅਕਲਪੁਰ ਰੋਡ 'ਤੇ ਸਥਿਤ ਦਰਬਾਰ ਚਿਸ਼ਤੀ ਸਾਹਿਬ ਦੀ ਸਰਕਾਰ ਬਾਬਾ ਬ੍ਰਹਮਦਾਸ ਜੀ ਬਾਬਾ ਰੂੜਾ ਰਾਮ ਜੀ ਵਿਖੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਜਸਪਾਲ ਜੀ ਦੀ ਰਹਿਨੁਮਾਈ ਹੇਠ ਚਿਸ਼ਤੀ ਸਾਬਰੀ ਬਾਬਾ ਬ੍ਰਹਮਦਾਸ ਜੀ ਦੀ ਸਾਲਾਨਾ 53ਵੀਂ ਵਰਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੈਂਕੜੇ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਮੇਲੇ ਮੌਕੇ ਪੰਜਾਬ ਦੇ ਨਾਮਵਰ ਕਵਾਲਾਂ ਨੇ ਸੂਫੀਆਨਾ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਸਰਕਾਰਾਂ ਦੇ ਰੰਗ ਵਿੱਚ ਰੰਗਿਆ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਜਸਪਾਲ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਉਪਰੰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਜਸਪਾਲ ਜੀ ਦੀ ਮਾਤਾ ਬੀਬੀ ਪ੍ਰਕਾਸ਼ ਕੌਰ, ਨਿਰੰਜਨ ਦਾਸ ਬੰਗਾ, ਯਸ਼ਪਾਲ ਗਿੰਡਾ ਕੌਂਸਲਰ, ਦੇਸਰਾਜ ਲਾਲਾ, ਜੋਗਿੰਦਰਪਾਲ ਲੁਧਿਆਣਾ, ਸੁਰਿੰਦਰਪਾਲ, ਸੁੰਦਰਪਾਲ ਲਗਾ, ਬਾਬਾ ਅਮਰਚੰਦ, ਕੁਲਵਿੰਦਰ ਬੱਬਾ, ਸਰਬਜੀਤ ਸਾਬੀ, ਮਦਨ ਲਾਲ ਚੁੰਬਰ ਨੰਗਲ, ਗੁਰਦੇਵ ਚੰਦ, ਸਤਪਾਲ ਅਤੇ ਹੋਰ ਹਾਜ਼ਰ ਸਨ। ਮੇਰੀ ਬਖਸ਼ਿਸ਼ ਕੇ ਵਾਸਤੇ ਯਹੀ ਕਾਫੀ ਹੈ ਐ ਭਣਾ। ਮੇਰੀ ਬਖਸ਼ਿਸ਼ ਕੈਸੇ ਹੋਣੀ ਚਾਹੀਏ? ਬਖਸ਼ਿਸ਼ ਕੇ
ਤਾਰੀਖ 15 ਜੁਲਾਈ 2024 ਇੱਕ ਮਹਾਨ ਤਪਸਵੀ, ਮਹਾਨ ਰਹਿਬਰ, ਦਿਆਲੂ, ਕਿਰਪਾਲੂ, ਨਿਉਟਿਆਂ ਨੂੰ ਦੇਣ ਵਾਲੇ, ਨਿਆਸਿਆਂ ਨੂੰ ਆਸਰਾ ਦੇਣ ਵਾਲੇ ਸੰਤ ਬਾਬਾ ਬ੍ਰਹਮਦਾਸ ਜੀ ਦੀ ਸਾਬੀ ਸਰਕਾਰ ਜੀ ਦੀ 53ਵੀਂ ਬਰਸੀ ਦਾ ਅੱਜ ਇਹ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿੱਚ ਮੁਨੱਵਰ ਜੀ, ਮੁਹੰਮਦ ਸ਼ਰੀਫ ਜੀ, ਬਰਾਮਦ ਜੀ, ਸਲੀਮ ਜੀ ਔਰ ਇੰਡੀਆ ਦੇ ਬੜੇ ਮਸ਼ਹੂਰ ਕਵਾਲ ਆਪਣੀ ਮਹਿਫਲ ਦਾ ਬਣ ਰਹੇ ਹਨ ਔਰ ਗੁਰੂ ਕਾ ਲੰਗਰ ਪਹੁੰਚਦਾ ਰਿਹਾ ਹੈ। ਔਰ ਸਰਕਾਰ ਦਾ ਅਸੀਂ ਇਹ ਸਭ ਸੰਤਾਂ ਸਾਰੀ ਦੁਨੀਆਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਜੋ ਵੀ ਮਹਾਂਪੁਰਸ਼ ਹੈ ਦੁਨੀਆਂ ਦਾ ਭਲਾ ਕਰੇ। ਇਸ ਮਹਾਂਪੁਰਸ਼ ਨੇ ਸਾਡੇ ਪਰਿਵਾਰ ਵਿੱਚ ਬਹੁਤ ਵਧੀਆ ਕੰਮ ਕੀਤੇ ਆ, ਗਰੀਬਾਂ ਦੇ ਭਲੇ ਲਈ ਬਹੁਤ ਕੰਮ ਕੀਤੇ ਆ, ਸਕੂਲ ਬਣਾਇਆ ਸਰਕਾਰ ਨੇ, ਕਮਿਊਨਿਟੀ ਹਾਲ ਬਣਾਇਆ, ਦਵਾਖਾਨਾ ਬਣਾਇਆ ਔਰ ਦੇਸ਼ ਵਾਲੇ ਸਹਾਰਾ ਦਿੰਦੇ ਆ। ਇਸ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ